ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ, ਆਵਾਜ਼ ਤੁਹਾਡੀ, ਕਲਮ ਸਾਡੀ। ਵਿਨੇ ਹਰੀ ਦੇ ਜਲੰਧਰ ਸਥਿਤ 3 ਦਫਤਰਾਂ ਤੇ ਸਰਕਾਰੀ ਵਿਭਾਗ ਦੀ ਟੀਮ ਨੇ ਸਰਚ ਕੀਤੀ ਹੈ। ਵੀਰਵਾਰ ਨੂੰ ਦੁਪਹਿਰ ਵੇਲੇ ਵਿਨੇ ਹਰੀ ਦੇ ਬੀਐਮਸੀ ਚੌਂਕ ਸਥਿਤ ਦਫਤਰਾਂ ਤੇ ਟੀਮਾਂ ਨੇ ਤਬੀਸ਼ ਕੀਤੀ ਤੇ ਇਹ ਸਰਚ ਦੇਰ ਰਾਤ ਤੱਕ ਚੱਲਦੀ ਰਹੀ। ਦੱਸਿਆ ਜਾਂਦਾ ਹੈ ਕਿ ਇਹ ਸਰਚ ਇਨਕਮ ਟੈਕਸ ਤੇ GST ਵਿਭਾਗ ਦੀਆਂ ਟੀਮਾਂ ਵੱਲੋਂ ਕੀਤੀ ਗਈ, ਪਰ ਇਸ ਦੀ ਅਧਿਕਾਰਿਕ ਪੁਸ਼ਟੀ ਨਹੀਂ ਹੋ ਸਕੀ। ਇਸ ਸਰਚ ਦੌਰਾਨ ਦਫਤਰ ਦੇ ਅੰਦਰ ਤੇ ਬਾਹਰ ਕਿਸੇ ਨੂੰ ਨਹੀਂ ਜਾਣ ਦਿੱਤਾ ਗਿਆ ਤੇ ਤਿੰਨੋਂ ਦਫਤਰਾਂ ਦੇ ਬਾਹਰ ਪੁਲਿਸ ਬਲ ਤੈਨਾਤ ਕਰ ਦਿੱਤੇ ਗਏ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਸਰਚ ਕਰਨ ਵਾਲੀ ਟੀਮਾਂ 'ਚ ਲੁਧਿਆਣਾ, ਦਿੱਲੀ ਅਤੇ ਅੰਮ੍ਰਿਤਸਰ ਨਾਲ ਸੰਬੰਧਿਤ ਅਧਿਕਾਰੀ ਮੌਜੂਦ ਸਨ। ਪਹਿਲਾਂ ਇਹ ਵੀ ਕਿਹਾ ਜਾ ਰਿਹਾ ਸੀ ਕਿ ਟਰੈਵਲ ਏਜੰਟ ਵਿਨੇ ਹੈਰੀ ਦੇ ਦਫਤਰ ਤੇ ED ਨੇ ਰੇਡ ਕੀਤੀ, ਪਰ ਇਸ ਗੱਲ ਦੀ ਪੁਸ਼ਟੀ ਨਾ ਤੇ ਟਰੈਵਲ ਏਜੰਟ ਵਿਨੇ ਹਰੀ ਵੱਲੋਂ ਕੀਤੀ ਗਈ ਤੇ ਨਾ ਹੀ ਕਿਸੇ ਅਧਿਕਾਰੀ ਨੇ ਕੋਈ ਪੁਸ਼ਟੀ ਕੀਤੀ ਹੈ। ਇਸ ਬਾਰੇ ਜਦੋਂ ਜਲੰਧਰ ਸਥਿਤ GST ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤੇ ਉਹਨਾਂ ਵੱਲੋਂ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਤੁਹਾਨੂੰ ਦੱਸੀਏ ਕਿ ਪਿਛਲੇ ਸਾਲ ਵੀ ਟਰੈਵਲ ਏਜੰਟ ਵਿਨੇ ਹਰੀ ਦੇ ਦਫਤਰ ਤੇ ਘਰ 'ਚ ਇਨਕਮ ਟੈਕਸ ਦੀ ਟੀਮ ਵੱਲੋਂ ਸਰਚ ਕੀਤੀ ਗਈ ਸੀ ਤੇ ਕਈ ਦਿਨਾਂ ਤੱਕ ਇਹ ਸਰਚ ਜਾਰੀ ਰਹੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਵੀ ਵਿਨੇ ਹਰੀ ਦੇ ਦਫਤਰ 'ਚ ਸਰਚ ਜਾਰੀ ਰਹੇਗੀ। ਇਸ ਦੌਰਾਨ ਸਰਚ ਕਰ ਰਹੀਆਂ ਟੀਮਾਂ ਦੇ ਹੱਥ ਕੁਝ ਲੱਗਿਆ ਕਿ ਨਹੀਂ। ਕੈਮਰਾਮੈਨ ਅਮਿਤ ਦੇ ਨਾਲ ਪਰਮਜੀਤ ਸਿੰਘ, ਰੰਗਪੁਰੀ, ਵੌਇਸ ਆਫ ਪੰਜਾਬ, ਜਲੰਧਰ।